ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਰਿਆਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਫਰਵਰੀ ਨੂੰ ਸੰਤ ਹਰਨਾਮ ਸਿੰਘ ਜੀ ਦੀ 86ਵੀਂ ਬਰਸੀ ਗੁਰਦੁਆਰਾ ਹਰਨਾਮਸਰ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਕਵੀਸ਼ਰੀ ਜਥਿਆਂ ਅਤੇ ਕਥਾਵਾਚਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਨੇ ਸਿੱਖ ਧਰਮ ਦਾ ਇਤਿਹਾਸ ਸੁਣਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਇਸ ਬਰਸੀ ਵਿੱਚ ਹਾਜ਼ਰੀ ਭਰੀ। ਸ਼ਾਮ ਵੇਲੇ ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਮੈਚ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ। ਇਸ ਬਰਸੀ ਵਿੱਚ NRI ਵੀਰਾਂ ਦਾ ਵੱਡੀ ਗਿਣਤੀ ਵਿੱਚ ਸਹਿਯੋਗ ਰਿਹਾ। ਮਾਝਾ ਲਾਈਵ TV ਲਈ ਫਤਿਹਗੜ੍ਹ ਚੂੜੀਆਂ ਤੋਂ ਵਿੱਕੀ ਪਠਾਨ ਦੇ ਨਾਲ ਮਨਪ੍ਰੀਤ ਸਿੰਘ ਮੰਦੀ ਏ ਖਾਸ ਰਿਪੋਰਟ। ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਜਿਹੜੇ ਵੀਰ ਸੁਣ ਰਹੇ ਆ ਅਤੇ ਸੁਣਨਗੇ, ਉਹਨਾਂ ਸਾਰਿਆਂ ਨੂੰ ਦਾਸ ਸੂਫੀ ਸੰਤ ਗੁਲਾਮ ਹੈਦਰ ਮਾਜਰੀ ਦੀ ਫਤਿਹ ਅਰਦਾਸ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਰਿਆਲੀ ਕਲਾਂ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਇੱਥੇ ਆਏ ਸੰਗਤਾਂ ਦੇ ਨਿੱਘੇ ਸੱਦੇ ਨੂੰ ਰੱਖਿਆ ਅਤੇ ਇੱਥੇ ਇੱਕ ਪਹਿਲੇ ਵੀ ਅਸੀਂ ਇਤਿਹਾਸ ਇਨਾਮ ਸੁਣਦੇ ਆਏ ਹਾਂ। ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ, ਉਹਨਾਂ ਦੀ 85ਵੀਂ ਵਰਸੀ ਸਮਾਗਮ ਇੱਥੇ ਸੰਗਤਾਂ ਨੇ ਬਹੁਤ ਹੁੰਮਾ ਕੇ ਮਨਾਇਆ ਅਤੇ ਪੂਰਨ ਸੰਤ ਤਾਂ ਸੰਤ ਹੀ ਹੈ ਅਤੇ ਸੰਤ ਬਹੁਤ ਇਤਿਹਾਸਿਕ ਔਰ ਬਹੁਤ ਪਹਿਲਾਂ ਤੋਂ ਇਹਨਾਂ ਦਾ ਸਾਰੇ ਜਿਹੜੇ ਲੋਕ ਨੇ ਜਾਣਦੇ ਆ, ਪਹਿਚਾਣਦੇ ਆ। ਇੱਕੋ ਹੀ ਗੱਲ ਮੈਂ ਮੌਲਵੀ ਰੂਮ ਨੇ ਲਿਖਿਆ ਹੈ ਕਿ ਇੱਕ ਪਲ ਸੋਬਤੇ ਬਾਹੋਲੀਆ ਬਹਿਤਰਸਤ ਸਤਸਾਲਾ ਏ ਤਾਵਤ ਬੇਰੀਆ। ਇਹਦਾ ਅਰਥ ਹੈ ਕਿ ਜੇ ਅਗਰ ਤੁਸੀਂ ਕਿਸੇ ਪੂਰਨ ਸੰਤ ਦੀ ਸੰਗਤ ਇੱਕ ਪਲ ਦੀ ਕਰਦੇ ਹੋ, 100 ਸਾਲਾਂ ਦੀ ਉਸ ਜ਼ਿੰਦਗੀ ਨਾਲੋਂ ਬਿਹਤਰ ਹੈ ਜਿਹੜੀ ਬਿਨਾਂ ਦਿਖਾਵੇ ਕੀਤੀ ਗਈ ਹੋਵੇ। ਸੰਤ ਅਮਰ ਹੁੰਦੇ ਨੇ। ਜੈਨਤੀ ਤੇ ਮਹਾਂਭਾਗਾ ਜਨ ਸੇਵਾ ਪ੍ਰਾਂਗਣਾ ਹਾਜ਼ਰਾ ਮ੍ਰਿਤਿਉ ਵਹਿਮ ਨਾਸ਼ਤੀ ਸ਼ਾਮ ਕੀਰਤੀ ਤਨੂ ਕਿਫਚਿਤ। ਇਹਨਾਂ ਸੰਤਾਂ ਦਾ ਇਹ ਪਿੰਡ ਹੈ ਅਤੇ ਜਿਸ ਪਰਿਵਾਰ ਨੇ ਮੈਨੂੰ ਇੱਥੇ ਸੱਦਿਆ ਹੈ, ਇਹਨਾਂ ਨਾਲ ਬਹੁਤ ਮੇਰਾ ਮੋਹ ਹੈ ਅਤੇ ਸੰਤਾਂ ਦੇ ਇਸ ਲੰਗਰ 'ਚ ਆ ਕੇ ਦਾਸ ਨੇ ਵੀ ਕਥਾ ਦੀ ਹਾਜ਼ਰੀ ਲਾਈ ਹੈ ਅਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਸੁਣੋ ਅਤੇ ਆਪਣੇ ਜੀਵਨ ਨੂੰ ਸਫਲਾ ਕਰੋ। ਸਾਡੀ ਹਾਜ਼ਰੀ ਜਿਹੜੀ ਹੈ ਸੰਤਾਂ ਦੇ ਚਰਨਾਂ 'ਚ ਸੰਤ ਜੀ ਪ੍ਰਵਾਨ ਕਰਨਗੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੀ ਹਾਜ਼ਰੀ ਨੂੰ ਪ੍ਰਵਾਨ ਕਰਨ। ਠੀਕ ਹੈ ਜੀ, ਸਾਰਿਆਂ ਨੂੰ ਫਤਿਹ ਆਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਰਸੀ ਅਸਲ 'ਚ
ਸਾਡੀ ਸਿੱਖ ਕੌਮ ਦੀ ਖੁਸ਼ ਨਸੀਬੀ ਆ ਕਿ ਸਾਡੇ ਇਸ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਇਹੋ ਜਿਹੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਸਵਾਰੇ ਨੇ ਅਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਆਇਆ ਦਸਮ ਪਾਤਸ਼ਾਹ ਦੀ ਖਾਲਸਾ ਮਿਸ਼ਨ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਉਹਨਾਂ ਦੀ ਸੰਗਤ ਕਰਕੇ ਸੀਨਾ ਪਸੀਨਾ ਆਪਣੇ ਬਜ਼ੁਰਗਾਂ ਤੋਂ ਜਾਂ ਸੇਧ ਲੈ ਕੇ ਉਹਨਾਂ ਨੂੰ ਯਾਦ ਕਰਦੀਆਂ ਨੇ। ਇਹ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਾਂ ਬਾਪ ਅਨੁਸਾਰ ਇਹੀ ਇਹ ਮਾਹੌਲ ਹੁੰਦੇ ਨੇ, ਇਹੀ ਉਹ ਜੋੜ ਮੇਲੇ ਹੁੰਦੇ ਨੇ ਜਿਨ੍ਹਾਂ ਤੋਂ ਸਾਡੇ ਬੱਚੇ ਸਾਡੀ ਆਉਣ ਵਾਲੀ ਜਨਰੇਸ਼ਨ ਕੋਲ ਸਿੱਖ ਕੇ ਜੀਵਨ ਜਾਤ ਸਿੱਖ ਕੇ ਅਤੇ ਆਪਣੇ ਆਪਾਂ ਸਵਾਰ ਸਕਦੀ। ਸੋ ਅਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਸਾਡੇ ਇਹ ਜਿਹੜੇ ਪ੍ਰਬੰਧਕ ਨੇ, ਖਾਸ ਕਰਕੇ ਮੈਂ USA ਤੋਂ ਭਾਈ ਸਾਹਿਬ ਆਏ ਨੇ ਭੁਪਿੰਦਰ ਸਿੰਘ ਜੀ, ਇਹਨਾਂ ਦੀ ਇਹਨਾਂ ਦੀ ਪ੍ਰੇਰਨਾ ਸਦਕਾ ਮੈਨੂੰ ਦੂਜੀ ਵਾਰੀ ਇੱਥੇ ਆਉਣ ਦਾ ਮੌਕਾ ਮਿਲਿਆ ਅਤੇ ਇਹ ਬੜੀ ਵੱਡੀ ਦੂਰੀ ਤੋਂ ਆਪਣੇ ਮਿੱਟੀ ਦੇ ਮੋਹ ਨਾਲ ਜੁੜੇ ਹੋਏ ਨੇ। ਜਿਸ ਤਰ੍ਹਾਂ ਤੁਹਾਨੂੰ ਸਟੇਜ ਤੋਂ ਦੱਸਿਆ, ਕਬੱਡੀ ਕਰਾਉਣੀ, ਬੱਚਿਆਂ ਦੇ ਭਲਾਈ ਲਈ ਇੱਥੇ ਗੁਰਦੁਆਰੇ ਦੇ ਚੰਗੇ ਕੰਮਾਂ ਲਈ ਮਾਇਆ ਇਕੱਠੀ ਕਰਕੇ ਦੇਣੀ, ਇਹ ਹਰੇਕ ਸਿੱਖ ਦਾ ਫਰਜ਼ ਬਣਦਾ ਕਿ ਜਿੱਥੇ ਵੀ ਜਾਵੇ, ਜਿੱਥੇ ਵੀ ਦਸਾਂ ਨੂੰ ਉਹਦੀ ਕਿਰਤ ਕਰੇ, ਆਪਣੀ ਮਿੱਟੀ ਨੂੰ ਨਾ ਛੱਡੇ, ਆਪਣੇ ਪਿੰਡ ਦੇ ਵਿੱਚ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰੇ, ਕਿਉਂਕਿ ਸਾਡੀ ਕੌਮ ਦੇ ਵਿੱਚ ਇਸ ਸਮੇਂ ਜਿਹੜੀ ਲੀਡਰਸ਼ਿਪ ਦੀ ਬੜੀ ਵੱਡੀ ਘਾਟ ਹੈ। ਚੰਗੀ ਲੀਡਰਸ਼ਿਪ ਜਿਹੜੀ ਕੌਮ ਨੂੰ ਸਮਰਪਿਤ ਲੀਡਰਸ਼ਿਪ ਜਿਹੜੀ ਗੁਰੂ ਨਾਲ ਕਮਿਟਮੈਂਟ ਰੱਖਣ ਵਾਲੀ ਲੀਡਰਸ਼ਿਪ ਉਹ ਹੈ ਨਹੀਂ ਇੱਥੇ। ਸਵਾਰਥੀ ਅਤੇ ਵਿਹਲੜ ਅਤੇ ਜਿਹੜੇ ਵਪਾਰੀ ਲੋਕ ਸਾਡੀ ਕੌਮ 'ਤੇ ਕਾਬਜ਼ ਹੋ ਗਏ ਨੇ ਅਤੇ ਬੜੇ ਵੱਡੇ ਸਰਮਾਏ ਨੂੰ ਉਹ ਸੱਪ ਬਣ ਕੇ ਵਲੇਟੀ ਫਿਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰੀ ਅਸੀਂ 86 ਬਰਸੀ ਮਨਾ ਰਹੇ ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਅਰਿਆਲੀ ਕਲਾਂ। ਸੰਗਤਾਂ ਦੂਰ ਦੁਰਾਡੇ ਤੋਂ ਪਹੁੰਚਦੀਆਂ ਨੇ, NRI ਵੀਰ ਜਰਮਨ ਤੋਂ, USA ਤੋਂ, ਕੈਨੇਡਾ ਤੋਂ, UK ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ ਪਹੁੰਚਦੇ ਨੇ ਵਿਸ਼ੇਸ਼ ਕਰਕੇ ਸੰਤਾਂ ਦੀ ਬਰਸੀ ਮਨਾਉਣ। ਕਵੀਸ਼ਰੀ ਜਥੇ, ਢਾਡੀ ਜਥੇ ਪਹੁੰਚੇ ਨੇ, ਖਾਸ ਕਰਕੇ ਸੰਤ ਗੁਲਾਮ ਹੈਦਰ ਕਾਦਰੀ ਜੀ ਜੋ ਬਰਨਾਲੇ ਕੋਲ ਚੱਲ ਕੇ ਸਾਡੇ ਕੋਲ ਪਹੁੰਚੇ ਨੇ, ਸੰਗਤਾਂ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ। ਉਪਰੰਤ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਇਸ ਤੋਂ ਬਾਅਦ ਹੁਣ ਸ਼ਾਮ ਦੇ ਦੀਵਾਨ ਤੋਂ ਸਮਾਪਤੀ ਹੋਣ ਤੋਂ ਬਾਅਦ ਕਬੱਡੀ ਦੇ ਇੰਟਰਨੈਸ਼ਨਲ ਮੈਚ ਹੋਣਗੇ, ਜਿਹਦੇ ਵਿੱਚ ਪਹਿਲੇ ਜੇਤੂ ਟੀਮ ਨੂੰ 1,00,000 ਇਨਾਮ ਦਿੱਤਾ ਜਾਊਗਾ, ਦੂਜੀ ਟੀਮ ਨੂੰ 75,000। ਉਸ ਤੋਂ ਬਾਅਦ ਲੜਕੀਆਂ ਦੇ ਸ਼ੋਅ ਮੈਚ ਨੇ ਅਤੇ ਸਾਡੇ ਪਿੰਡ ਦੀ ਟੀਮ ਵੀ ਇਸ ਮੈਚ ਦੇ ਵਿੱਚ ਹਿੱਸਾ ਲਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।